ਕੈਪਟਨ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਨਾ ਕਰਨ ਨੂੰ ਲੈ ਕੇ ਅਕਾਲੀ ਦਲ 1 ਮਾਰਚ ਨੂੰ ਵਿਧਾਨ ਸਭਾ ਦਾ ਘੇਰਾਅ ਕਰੇਗਾ। ਇਹ ਕਹਿਣਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਜੋ ਅੱਜ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਹੋਏ ਸਨ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਉਹ ਅੱਜ ਤੱਕ ਪੂਰੇ ਨਹੀਂ ਹੋਏ। ਉੱਥੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਬਿੰਨੇ। एक मार्च को पंजाब असैम्बली का घराओ करना श्रोमणी अकाली दल वालों, क्योंकि पहली गल तो यह आ कि यह अंतम बजट सैशन आ कांग्रेस पार्टी की सरकार का, और मैं समझता ये कांग्रेस को अंतम मौका है जेडे झूठ लारे ला के सत्ता च आई सी उन्होंने पूरा करन दा। जे अज इस बजट के दौरान वो गल्लां पूरियां ना हुई जो वादे किए सी ਤਾਂ ਕਦੇ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ। ਔਰ ਮੈਂ ਸਮਝਦਾ ਕਿ ਦੂਜਾ ਜਿਹੜਾ ਜਨਤਕ ਮਸਲੇ ਨੇ ਫੌਰੀ ਮਸਲੇ ਨੇ ਸ਼੍ਰੋਮਣੀ ਅਕਾਲੀ ਦਲ ਉਸ ਗੱਲ 'ਤੇ ਵੀ ਪੰਜਾਬ ਅਸੈਂਬਲੀ ਦਾ ਘਿਰਾਓ ਕਰਨ ਜਾ ਰਿਹਾ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਲਈ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਆ, ਔਰ ਕੇਂਦਰ ਸਰਕਾਰ ਨੂੰ ਵੀ ਆਪਣੀ ਐਕਸਾਈਜ਼ ਡਿਊਟੀ ਘਟਾ ਕੇ ਉਹਦੇ 'ਚ ਕਟੌਤੀ ਕਰਕੇ ਤੇਲ ਕੀਮਤਾਂ ਤੋਂ ਵਾਧੇ ਤੋਂ ਲੋਕਾਂ ਨੂੰ ਬਚਾਉਣ ਦੀ ਲੋੜ ਆ, ਪਰ ਨਾਲ ਨਾਲ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨ ਦੀ ਲੋੜ ਆ। ਪੰਜਾਬ ਸਰਕਾਰ ਵੱਲੋਂ ਲਾਇਆ ਵੈਟ ਜਿਹੜਾ ਹੈ ਟੈਕਸ ਦੇ ਰੂਪ ਦੇ ਵਿੱਚ, ਉਹ ਇੱਕ ਲੀਟਰ ਪਿੱਛੇ 18 ਰੁਪਏ ਕੈਪਟਨ ਅਮਰਿੰਦਰ ਸਿੰਘ ਦੇ ਖਜ਼ਾਨੇ ਜਾਂਦੇ ਨੇ, ਜਿੱਥੇ 31 ਰੁਪਏ ਇੱਕ ਲੀਟਰ ਪਿੱਛੇ ਮੋਦੀ ਸਾਹਿਬ ਦੇ ਖਜ਼ਾਨੇ ਜਾਂਦੇ ਨੇ, ਉੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਜ਼ਾਨੇ 'ਚ ਵੀ ਇੱਕ ਲੀਟਰ ਪਿੱਛੇ 18 ਰੁਪਏ ਜਾਂਦੇ ਨੇ। ਸਾਡਾ ਕਹਿਣਾ ਹੈ ਕਿ ਜੇ 50% ਕਟੌਤੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਬਜਟ ਸੈਸ਼ਨ 'ਚ ਐਲਾਨ ਕਰਨ ਵੈਟ ਦੇ ਤੇਲ 'ਤੇ, ਡੀਜ਼ਲ ਪੈਟਰੋਲ ਸਸਤਾ ਹੋ ਸਕਦਾ, ਰਸੋਈ ਗੈਸ ਸਸਤੀ ਹੋ ਸਕਦੀ ਆ, ਨਿੱਤ ਕੀਮਤਾਂ ਜਿਹੜੀਆਂ ਵੱਧ ਰਹੀਆਂ ਨੇ ਆਮ ਵਸਤੂਆਂ ਦੀਆਂ, ਇਹਨੇ ਜੀਣਾ ਦੁੱਭਰ ਕਰਤਾ, ਲੋਕਾਂ ਦਾ ਰਹਿਣਾ ਦੁੱਭਰ ਕਰਤਾ, ਮਹਿੰਗਾਈ ਦੀ ਮਾਰ ਅੱਜ ਲੋਕ ਝੱਲ ਰਹੇ ਨੇ। ਦੁਖਿਤ ਕਰਤਾ ਲੋਕਾਂ ਦੀਆਂ ਜੇਬਾਂ 'ਤੇ ਬੋਝ ਪਾ ਕੇ ਸਰਕਾਰ ਆਪਣੇ ਖਜ਼ਾਨੇ ਭਰੀ ਜਾ ਰਹੀ ਆ। ਕਿਸਾਨ ਸੰਘਰਸ਼ ਦਾ ਲਾਹਾ ਲੈ ਕੇ ਸਰਕਾਰਾਂ ਆਪਣੀ ਆਮਦਨ ਦੇ ਸੋਰਸ ਵਧਾਈ ਜਾ ਰਹੀਆਂ ਨੇ, ਲੋਕਾਂ ਦੀਆਂ ਜੇਬਾਂ 'ਤੇ ਤਰਸ ਨਹੀਂ ਖਾ ਰਹੀਆਂ। ਦੂਜੇ ਪਾਸੇ ਮੁਲਾਜ਼ਮਾਂ ਦੇ ਜਿਹੜੇ ਸਕੇਲ ਨੇ ਉਹ ਸੈਂਟਰ ਪੈਟਰਨ 'ਤੇ ਕਰ ਰਹੇ ਨੇ, ਪੰਜਾਬ ਪੈਟਰਨ ਖਤਮ ਹੀ ਕਰ ਰਹੇ ਨੇ। ਮੁਲਾਜ਼ਮਾਂ ਨੂੰ ਨੀਤੀ ਮਤਲਬ ਇੰਤਹਾ 'ਤੇ ਪਹੁੰਚ ਗਈ ਮਹਿੰਗਾਈ, ਕੋਈ DA ਦੀ ਕਿਸ਼ਤ ਦਿੰਦੇ ਹੁਣ ਤੱਕ ਮੁਲਾਜ਼ਮਾਂ ਨੂੰ। ਮੁਲਾਜ਼ਮਾਂ ਦਾ ਮਸਲਾ ਵੀ ਹੈ, SC BC ਦੇ ਜਿਹੜੇ ਸਕਾਲਰਸ਼ਿਪ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਆ, ਉਹ ਮਸਲਾ ਵੀ ਹੈ ਸਾਡਾ। ਔਰ ਕਿਸਾਨਾਂ ਦੀ ਜਿਹੜੇ 26 ਤਰੀਕ ਦੀਆਂ ਘਟਨਾਵਾਂ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਵੀ ਆ, ਔਰ ਜਿਹੜੇ ਫੜੋ ਫੜੀ ਜਾ ਰਹੀ ਆ, ਝੂਠੇ ਨੋਟਸ ਕੱਢੇ ਜਾ ਰਹੇ ਨੇ, ਉਹਨਾਂ ਪ੍ਰਤੀ ਵੀ ਆਵਾਜ਼ ਬੁਲੰਦ ਕਰਨ ਦੀ ਲੋੜ ਆ। ਇਸ ਲਈ ਜਨਤਕ ਮਸਲੇ ਲੈ ਕੇ ਔਰ ਖਾਸ ਤੌਰ 'ਤੇ ਜਿਹੜੇ ਫੌਰੀ ਮਸਲੇ ਨੇ ਇਹਨਾਂ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਲਈ ਅਸੀਂ ਪੰਜਾਬ ਅਸੈਂਬਲੀ ਦਾ ਘਿਰਾਓ ਕਰਨ ਜਾ ਰਹੇ ਹਾਂ ਕੱਲ੍ਹ ਨੂੰ, ਔਰ ਇਤਿਹਾਸਿਕ ਘਿਰਾਓ ਹੋਏਗਾ। ਔਰ ਵਰਕਰਾਂ ਦੇ ਵਿੱਚ ਉਤਸ਼ਾਹ ਹੈ, ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ, ਔਰ 25 ਸੈਕਟਰ ਦੇ ਵਿੱਚ ਚੰਡੀਗੜ੍ਹ 11 ਵਜੇ ਅਸੀਂ ਇਕੱਠੇ ਹੋ ਕੇ ਪੰਜਾਬ ਅਸੈਂਬਲੀ ਵੱਲ ਨੂੰ ਕੂਚ ਕਰਨਾ। ਔਰ ਮੈਂ ਸਮਝਦਾ ਇੱਕ ਇਤਿਹਾਸਿਕ ਅਸੈਂਬਲੀ ਦਾ ਇਹ ਘਿਰਾਓ ਹੋਏਗਾ। 1980 ਤੋਂ ਬਾਅਦ ਜਦੋਂ ਅਕਾਲੀਆਂ ਨੇ ਪਹਿਲਾਂ ਬੱਸ ਕਿਰਾਏ ਬਾਰੇ ਕੀਤਾ ਸੀ, ਉਸ ਤੋਂ ਬਾਅਦ ਭਾਜਪਾ ਭਾਵੇਂ ਪਰਿਵਰਤਨ ਯਾਤਰਾ ਕਰ ਲਏ, ਭਾਵੇਂ ਰੱਥ ਯਾਤਰਾ ਕਰ ਲਏ, ਬੰਗਾਲ ਦੇ ਵਿੱਚ ਮਮਤਾ ਦਾ ਰਾਹ ਰੋਕ ਨਹੀਂ ਸਕਦੀ। ਮਮਤਾ ਜਿਹੜੀ ਹੈ ਉੱਥੋਂ ਜ਼ਮੀਨ ਨਾਲ ਜੁੜੀ ਹੋਈ ਆ। ਮਮਤਾ ਬੈਨਰਜੀ ਨੂੰ ਬੰਗਾਲ ਦੇ ਲੋਕ ਆਪਣੀ ਧੀ ਸਮਝਦੇ ਨੇ, ਆਪਣੀ ਭੈਣ ਸਮਝਦੇ ਨੇ, ਔਰ ਬੰਗਾਲ ਦੇ ਲੋਕਾਂ ਦੇ ਵਿੱਚ ਜਿਹੜੀ ਅਪਣੱਤਾ ਮਮਤਾ ਬੈਨਰਜੀ ਬਾਰੇ ਮੈਂ ਆਪ ਆਪਣੀ ਅੱਖੀਂ ਦੇਖ ਕੇ ਆਇਆ। ਔਰ ਮੈਂ ਸਮਝਦਾ ਕਿਸੇ ਵੀ ਕੀਮਤ 'ਤੇ ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ ਦੇ ਨੇੜੇ ਨਹੀਂ ਉਹਦੇ ਲੋਕ ਲੱਗਣ ਦੇਣਗੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ TV।